ਨਮਸਕਾਰ ਖਬਰਾਂ ਦੇ ਬਲਟਨ 'ਚ ਤੁਹਾਡਾ ਸਵਾਗਤ ਮੈਂ ਹਾਂ ਪ੍ਰਮੇਂਦਰ ਕੌਰ ਪਹਿਲਾ ਪੇਸ਼ ਨੇ ਚੋਣੀਆਂ ਖਬਰਾਂ। ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਦੇ ਭੂਮੀ ਪੂਜਨ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਅਗਸਤ ਨੂੰ ਭੂਮੀ ਪੂਜਨ ਉਪਰੰਤ ਰਾਮ ਮੰਦਰ ਦਾ ਨੀਂਹ ਪੱਥਰ ਰੱਖਣਗੇ। ਅਯੁੱਧਿਆ ਦੇ ਆਲੇ-ਦੁਆਲੇ ਦੇ ਖੇਤਰਾਂ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੇਂਦਰ ਸਰਕਾਰ ਨੇ ਸਾਰੀ ਸੁਭਿਆਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਲਾਜ ਅਧੀਨ ਕੋਵਿਡ-19 ਮਰੀਜ਼ਾਂ ਨੂੰ ਸਮਾਰਟਫੋਨ ਅਤੇ ਟੈਬਲੇਟ ਉਪਕਰਣੇ ਇਸਤੇਮਾਲ ਕਰਨ ਦੀ ਇਜਾਜ਼ਤ ਦੇਣ ਲਈ ਕਿਆ। ਕਰੋਨਾ ਦੇ ਇਸ ਦੌਰ ਵਿੱਚ ਪੈਂਦੇ ਪ੍ਰਾਦੇ ਪਿਆਰ ਦਾ ਪ੍ਰਤੀਕ ਰੱਖਿਆ ਬੰਧਨ ਦਾ ਤਿਉਹਾਰ ਪੂਰੇ ਚਾਹਮਾ ਤੇ ਮਲਾਰਾ ਨਾਲ ਮਨਾਇਆ ਗਿਆ। ਨਰਜਾ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਰਾਸ਼ਟਰਪਤੀ ਪਵਨ ਵਿਖੇ ਰਖੜੀਆਂ ਪੈਂਟ ਕੀਤੀਆਂ ਤੇ ਕਰੋਨਾ ਮਰੀਜ਼ਾਂ ਦੇ ਇਲਾਜ ਦੌਰਾਨ ਆਪਣੇ ਤਜਰਬੇ ਸਾਂਝੇ ਕੀਤੇ ਤੇ ਭਾਰਤ ਵਿੱਚ ਕਰੋਨਾ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ 18,3695 ਹੋਈ। ਕਰੋਨਾ ਤੋਂ ਠੀਕ ਹੋਣ ਦੀ ਦਰ 65.77% ਤੱਕ ਪਹੁੰਚੀ। ਅਫਗਾਨਿਸਤਾਨ ਦੇ ਜਲਾਲਾਬਾਜ ਇੱਕ ਜੇਲ੍ਹ ਤੋਂ ਹੋਏ ਹੱਤ ਅਤਵਾਦੀ ਹਮਲੇ 'ਚ ਕੀ ਵਿਅਕਤੀਆਂ ਦੀ ਮੌਤ 43 ਜ਼ਖਮੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰਤੁਰਨ ਚੁਗਨੇ ਬਟਾਲਾ ਪਹੁੰਚ ਕੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੀਟਿੰਗ ਜ਼ਹਿਰੀਲੀ ਸ਼ਰਾਬ ਨਾਲ ਵੱਡੇ ਪੱਧਰ ਤੇ ਹੋਏ ਜਾਨੀ ਨੁਕਸਾਨ ਤੇ ਦੁੱਖ ਜਤੌਂਦਿਆਂ ਹਰ ਤਰ੍ਹਾਂ ਦੇ ਨਸ਼ੇ ਤੇ ਮੁਕੰਮਲ ਪਾਬੰਦੀ ਦੀ ਮੰਗ ਕੀਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨੀ ਸ਼ਰਾਬ ਕਾਂਡ ਲਈ ਸੂਬਾ ਸਰਕਾਰ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਦੱਸਿਆ। ਲੌਕਡਾਊਨ ਦੇ ਦਿਨ ਚੇਤੇ ਕਰਦੇ ਬਠਿੰਡਾ ਦੇ ਗਰੀਬ ਤੱਕੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤੋਂ ਉਹਨਾਂ ਨੂੰ ਮਿਲੇ ਲਾਭ ਲਈ ਪ੍ਰਧਾਨ ਮੰਤਰੀ ਦਾ ਤਨਮਤ ਕੀਤਾ ਤੇ ਹੁਣ ਖਬਰਾਂ ਵਿਸਥਾਰ ਨਾਲ ਅਯੁੱਧਿਆ ਪ੍ਰਸ਼ਾਸਨ ਨੇ 5 ਅਗਸਤ ਨੂੰ ਰਾਮ ਮੰਦਰ ਨਿਰਮਾਣ ਦੀ ਜ਼ਮੀਨ ਪੂਜਨ ਦੀਆਂ ਤਿਆਰੀਆਂ ਤਕਰੀਬਨ ਮੁਕੰਮਲ ਕਰ ਲੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਜ਼ਮੀਨ ਪੂਜਨ ਸਮਾਗਮ 'ਚ ਸ਼ਾਮਲ ਹੋਣ ਲਈ ਪਹੁੰਚ ਰਹੇ ਨੇ ਇਹ ਭੂਮੀ ਪੂਜਨ ਤੋਂ ਬਾਅਦ ਮੰਦਰ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਣਗੇ ਭੂਮੀ ਪੂਜਨ ਦਾ ਪ੍ਰੋਗਰਾਮ 5 ਅਗਸਤ ਬੁੱਧਵਾਰ ਨੂੰ ਦੁਪਹਿਰ 12:30 ਵਜੇ ਤੋਂ 12:40 ਮਿੰਟ ਵਿਚਾਲੇ ਰੱਖਿਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਾਗਮ 'ਚ ਸ਼ਾਮਲ ਹੋਣ ਤੇ ਪੂਰੀ ਅਯੁੱਧਿਆ 'ਚ ਉਤਸਵ ਵਰਗਾ ਮਾਹੌਲ ਹੈ ਪ੍ਰਧਾਨ ਮੰਤਰੀ ਸਵੇਰ 11:00 ਵਜੇ ਅਯੁੱਧਿਆ ਦੇ ਕਾਲਜ ਦੇ ਹੈਲੀਪੈਡ ਤੇ ਉਤਰਨਗੇ ਤੇ ਹਨੂਮਾਨ ਗੱਡੀ ਵਿੱਚ ਜਾ ਕੇ 7 ਮਿੰਟ ਤੱਕ ਪੂਜਾ ਕਰਨ ਤੋਂ ਬਾਅਦ ਰਾਮ ਮੰਦਰ ਪਹੁੰਚਣਗੇ ਜਿੱਥੇ ਉਹ ਭੂਮੀ ਪੂਜਨ ਕਰਕੇ ਰਾਮ ਮੰਦਰ ਦਾ ਨੀਂਹ ਪੱਥਰ ਰੱਖਣਗੇ ਰਾਮ ਜਨਮ ਭੂਮੀ ਤੀਰਤ ਖੇਤਰ ਟਰਸਟ ਵੱਲੋਂ ਇਸ ਮਾਗਮਲੀ ਥਾਂ ਥਾਂ ਤੇ ਸਵਾਗਤੀ ਗੇਟ ਬਣਾਏ ਗਏ ਨੇ ਤੇ ਇਸ ਮਾਰਕ ਤੇ ਸਥਿਤ ਕਰਾਂ ਤੇ ਦੁਕਾਨਾਂ ਤੁੱਲਿਆ ਕਿ ਰਾਮ ਮੰਦਰ ਤੱਕ ਦੇ ਸਾਰੇ ਇਲਾਕੇ ਨੂੰ ਪੀਲੇ ਰੰਗ ਨਾਲ ਰੰਗਿਆ ਗਿਆ ਹੈ ਰਾਮ ਜਨਮ ਭੂਮੀ ਦੇ ਮੁੱਖ ਪ੍ਰੋਗਰਾਮ ਲਈ ਥਾਂ ਨੂੰ ਵੀ ਖੂਬਸੂਰਤ ਟੰਗ ਨਾਲ ਸਜਾਇਆ ਗਿਆ ਹੈ ਪ੍ਰਸ਼ਾਸਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਯੁਕਦੇ ਆਉਣ ਤੋਂ 24 ਘੰਟੇ ਪਹਿਲਾਂ ਉੱਧੇਚ ਕਿਸੇ ਵੀ ਤਰ੍ਹਾਂ ਦੇ ਵਾਹਨਾਂ ਜਾਂ ਲੋਕਾਂ ਦਾ ਪ੍ਰਵੇਸ਼ ਬੰਦ ਕਰ ਦਿੱਤਾ ਜਾਪਿਕਾ ਰਾਮ ਮੰਦਰ ਭੂਮੀ ਪੂਜਨ ਦੌਰਾਨ ਸੁਰੱਖਿਆ ਲਈ 3500 ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਪੀਏਸੀ ਦੀਆਂ 40 ਤੇ ਸੀਆਰਪੀਐਫ ਦੀਆਂ 10 ਕੰਪਨੀਆਂ ਤੈਨਾਤ ਕੀਤੀਆਂ ਜਾ ਰਹੀਆਂ ਨੇ ਰਾਜਸਭਾ ਦੇ ਮੈਂਬਰ ਅਮਰ ਸਿੰਘ ਦਾਜ ਨਵੀਂ ਦਿੱਲੀ ਦੇ ਛਤਰਪੁਰ ਸ਼ਮਸ਼ਾਨ ਕਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਮੌਜੂਦ ਸਨ। ਅਮਰ ਸਿੰਘ ਦਾ ਸਿੰਗਾਪੁਰ ਦੇ ਹਸਪਤਾਲ 'ਚ 2 ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ। ਅਮਰ ਸਿੰਘ ਦੀਆਂ ਦੋ ਧੀਆਂ ਨੇ ਆਪਣੇ ਪਿਤਾ ਦੀ ਜਿਤਾ ਨੂੰ ਅਗਨੀ ਦਿਖਾਈ। ਕੋਵਿਡ-19 ਪ੍ਰੋਟੋਕਾਲ ਅਨੁਸਾਰ ਅੰਤਿਮ ਸੰਸਕਾਰ ਮੌਕੇ ਸੀਮਿਤ ਗਿਣਤੀ ਵਿੱਚ ਹੀ ਲੋਕ ਮੌਜੂਦ ਸਨ। ਜਿਨ੍ਹਾਂ 'ਚ ਅਦਾਕਾਰ ਤੋਂ ਸਿਆਸਤਦਾਨ ਬਣੀ ਜੈ ਪ੍ਰਦਾਵੀ ਸ਼ਾਮਿਲ ਸੀ। ਜੈ ਪ੍ਰਦਾ ਅਮਰ ਸਿੰਘ ਨੂੰ ਆਪਣਾ ਗੁਰੂ ਕਹਿੰਦੇ ਸਨ। ਇਸ ਤੋਂ ਪਹਿਲਾਂ ਅੱਜ ਅਮਰ ਸਿੰਘ ਦੇ ਛਤਰਪੁਰ ਫਾਰਮ ਹਾਊਸ ਵੇਖੇ ਰੱਖਿਆ ਮੰਤਰੀ ਰਾਜਨਾ ਸਿੰਘ ਪਾਜਪਾ ਦੇ ਰਾਜਪਾ ਮੈਂਬਰ ਜੋਤਿਰਦੇ ਤੇ ਸਿੰਧਿਆ ਅਤੇ ਜੈਪੁਰਾ ਦੇ ਵੱਲੋਂ ਅਮਰ ਸਿੰਘ ਦੀ ਮ੍ਰਿਤਕ ਦੇਤੇ ਫੁੱਲਾਂ ਦੇ ਹਾਰ ਚੜਾ ਕੇ ਸ਼ਰਦਾਂਜਲੀਆਂ ਪੇਨਟ ਕੀਤੀਆਂ ਗਈਆਂ ਅਮਰ ਸਿੰਘ ਦੀ ਮ੍ਰਿਤਕ ਦੇ ਬੀਤੀ ਸ਼ਾਮ ਇੱਕ ਚਾਰਟਰਡ ਹਵਾਈ ਜਹਾਜ਼ ਰਾਹੀਂ ਨਮੀ ਦਿੱਲੀਆਂ ਦੀ ਗਈ ਸੀ ਜ਼ਿਕਰ ਯੋਗ ਹੈ ਕਿ 64 ਵਰਿਆਂ ਦੇ ਅਮਰ ਸਿੰਘ ਦਾ ਪਿਛਲੇ ਕੁਝ 6 ਮਹੀਨਿਆਂ ਤੋਂ ਸਿੰਗਾਪੁਰ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਤੇ ਇਸ ਤੋਂ ਪਹਿਲਾਂ 2013 ਵਿੱਚ ਉਹਨਾਂ ਦਾ ਗੁਰਦਾ ਵੀ ਬਦਲਿਆ ਗਿਆ ਸੀ ਕੇਂਦਰ ਸਰਕਾਰ ਨੇ ਸਾਰੇ ਸੁਭਿਆਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਲਾਜ ਅਧੀਨ ਕੋਵਿਡ-19 ਮਰੀਜ਼ਾਂ ਨੂੰ ਸਮਾਰਟਫੋਨ ਅਤੇ ਟੈਬਲੇਟ ਉਪਕਰਣ استعمال ਕਰਨ ਦੀ ਇਜਾਜ਼ਤ ਦੇ ਲਈ ਕਿਹਾ ਤਾਂ ਜੋ ਆਪਣੀ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰ ਸਕਣ ਅਜਿਆ ਕਰਨ ਨਾਲ ਇਹਨਾਂ ਕੋਵਿਡ ਮਰੀਜ਼ਾਂ ਨੂੰ ਮਾਨਸਿਕ ਤੌਰ ਤੇ ਸਹਾਰਾ ਮਿਲੇਗਾ ਕੇਂਦਰ ਵੱਲੋਂ ਕੋਵਿਡ ਮਰੀਜ਼ਾਂ ਨੂੰ ਫੋਨ ਰੱਖਣ ਦੀ ਇਜਾਜ਼ਤ ਬਾਰੇ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਮਰੀਜ਼ਾਂ ਦੇ ਕੁਝ ਪਰਿਵਾਰਕ ਮੈਂਬਰਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਹਨਾਂ ਦੇ ਜੀਵਾਂ ਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਫੋਨ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਇਸ ਤੋਂ ਬਾਅਦ ਕੇਂਦਰ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਚਿੱਠੀ ਲਿਖੀ ਸੂਬਿਆਂ ਦੇ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਸਕੱਤਰਾਂ ਨੂੰ ਲਿਖੀ ਇਸ ਚਿੱਠੀ 'ਚ ਕੇਂਦਰੀ ਸਿਹਤ ਮੰਤਰਾਲੇ 'ਚ ਡਾਇਰੈਕਟਰ ਜਨਰਲ ਸਿਹਤ ਸੇਵਾਵਾਂ ਡਾਕਟਰ ਅਜੀਬ ਗਰਗ ਨੇ ਇਹ ਵੀ ਕਿਹਾ ਕਿ ਕੋਵਿਡ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰ ਵਿਚਾਲੇ ਸੰਪਰਕ ਦੀ ਸਹੂਲਤ ਦੇਣ ਸਮੇਂ ਫੋਨ ਆਦ ਉਪਕਰਨਾਂ ਨੂੰ ਪ੍ਰੋਟੋਕਾਲ ਦੇ ਹਿਸਾਬ ਨਾਲ ਇਨਫੈਕਸ਼ਨ ਮੁਕਤ ਕੀਤਾ ਜਾਵੇ ਤੇ ਹਸਪਤਾਲ ਫੋਨ ਦੀ ਸਹੂਲਤ ਲਈ ਟਾਈਮ ਸਲੋਟ ਤੈਅ ਕਰਨ ਉਨਾ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਮੈਡੀਕਲ ਅਤੇ ਪ੍ਰਸ਼ਾਸਨਿਕ ਟੀਮਾਂ ਕੋਵਿਡ ਵਾਰਡਾਂ ਤੇ ਆਈ ਸੀ ਯੂ ਵਿੱਚ ਦਾਖਲ ਇਹਨਾਂ ਮਰੀਜ਼ਾਂ ਦੀਆਂ ਮਨੋਵਿਗਿਆਨਿਕ ਲੋੜਾਂ ਪ੍ਰਤੀ ਸੰਜੀਦਗੀ ਦਿਖਾਉਣ ਅੱਜ ਦੇਸ਼ ਭਰ ਵਿੱਚ ਪੈਣ ਅਤੇ ਭਰਾ ਦੇ ਪਿਆਰ ਦਾ ਪ੍ਰਤੀਕ ਰੱਖਿਆ ਬੰਧਨ ਦਾ ਤਿਉਹਾਰ ਕਰੋਨਾ ਵਾਇਰਸ ਦੇ ਇਸ ਦੌਰ ਵਿੱਚ ਵੀ ਬੜੀ ਤੂਮਤਾਮ ਤੇ ਚਾਹਮ ਮਹਲਾ ਨਾਲ ਬਨਾਇਆ ਗਿਆ ਪੈਣਾ ਨੇ ਆਪਣੇ ਭਰਾਵਾਂ ਦੇ ਗੁੱਟਾਂ ਤੇ ਰਖੜੀ ਬੰਨ ਕੇ ਉਹਨਾਂ ਦੀ ਲੰਬੀ ਉਮਰ ਸੇਤ ਯਾਬਤੇ ਖੁਸ਼ਾਲ ਜ਼ਿੰਦਗੀ ਦੀ ਕਾਮਨਾ ਕੀਤੀ ਭਰਾਵਾਂ ਵੱਲੋਂ ਪੈਣਾ ਨੂੰ ਖੁਸ਼ ਹੋ ਕੇ ਨਕਦੀ ਅਤੇ ਹੋਰ ਤੋਹਫੇ ਦਿੱਤੇ ਜਾਂਦੇ ਨੇ ਇਸ ਵਾਰ ਵੱਖ-ਵੱਖ ਸੂਬਿਆਂ ਸਰਕਾਰਾਂ ਵੱਲੋਂ ਰਖੜੀਆਂ ਦੇ ਮੱਦੇਨਜ਼ਰ ਪਾਬੰਦੀਆਂ ਵਿੱਚ ਕੁਝ ਰਾਹਤਾਂ ਦਿੱਤੀਆਂ ਗਈਆਂ ਬਾਜ਼ਾਰਾਂ ਵਿੱਚ ਵੀ ਖੂਬ ਰੌਣਕਾਂ ਵੇਖਣ ਨੂੰ ਮਿਲੀਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਅੱਜ ਰਾਸ਼ਟਰਪਤੀ ਪਵਨ ਵਿਕੇ ਨਰਸਾਂ ਵੱਲੋਂ ਰਖੜੀਆਂ ਪੇਂਟ ਕੀਤੀਆਂ ਗਈਆਂ। ਇਸ ਮੌਕੇ ਰਾਸ਼ਟਰਪਤੀ ਨੇ ਨਰਸਿੰਗ ਪਾਈਚਾਰੀ ਨੂੰ ਰਾਖੇ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਦਾਤੇ ਲਾ ਕੇ ਕਰੋਨਾ ਪਾਰਸ ਤੋਂ ਗ੍ਰਸਤ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ। ਨਰਸਾਂ ਨੇ ਕਰੋਨਾ ਪਾਰਸ ਮਹਾਮਾਰੀ ਨਾਲ ਜੁਟਦੇ ਸਮੇਂ ਆਪਣੇ ਤਜਰਬੇ ਰਾਸ਼ਟਰਪਤੀ ਨਾਲ ਸਾਂਝੇ ਕੀਤੇ। ਰਾਸ਼ਟਰਪਤੀ ਨੇ ਨਰਸਾਂ ਦਾ ਤਨਮਤ ਕੀਤਾ ਅਤੇ ਕਿਹਾ ਕਿ ਇਹ ਮੋਰਲੀ ਕਤਾਰ ਤੇ ਯੋਧਿਆਂ ਦੀ ਭੂਮਿਕਾ ਨਿਭਾ ਰਹੀ ਨੇ ਤੇ ਆਪਣੀ ਡਿਊਟੀ ਪ੍ਰਤੀ ਵਚਨਬੱਧਤਾ ਕਰਕੇ ਉਨ੍ਹਾਂ ਨੂੰ ਲੋਕਾਂ ਵੱਲੋਂ ਮਾਣ ਇੱਜ਼ਤ ਮਿਲਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਰਵਾਇਤੀ ਤੌਰ ਤੇ ਐਨਾ ਆਪਣੇ ਪਰਮਾਤਮਾ ਤੋਂ ਆਪਣੀ ਰੱਖਿਆ ਮੰਗਦਿਆਂ ਨੇ ਪਰ ਨਰਸਾਂ ਆਪਣੇ ਸਮਰਪਣ ਅਤੇ ਵਚਨਬੱਧਤਾ ਨਾਲ ਆਪਣੇ ਪਰਮਾਤਮਾ ਦਾ ਹੱਥ ਫੜਦਿਆਂ ਨੇ ਤੇ ਸਾਰੇ ਲੋਕਾਂ ਦੀ ਰਾਖੀ ਨੂੰ ਯਕੀਨੀ ਬਣਾਉਂਦੀਆਂ ਨੇ ਰਾਸ਼ਟਰਪਤੀ ਨੇ ਮਿਲਟਰੀ ਨਰਸਿੰਗ ਸਰਵਿਸ ਦੇ ਦੋ ਮੈਂਬਰਾਂ ਦਾ ਜ਼ਿਕਰ ਵੀ ਕੀਤਾ ਜੋ ਕਰੋਨਾ ਮਰੀਜ਼ਾਂ ਦੇ ਇਲਾਜ ਦੌਰਾਨ ਖੁਦ ਕਰੋਨਾ ਵਾਇਰਸ ਨਾਲ ਗ੍ਰਸਤ ਹੋ ਗਏ ਪਰ 체ਤੀ ਹੀ ਸੇਤ ਸਿਆ ਭੋਗ ਕੇ ਉਹਨਾਂ ਨਵੇਂ ਜੋਸ਼ ਨਾਲ ਮੁੜ ਤੋਂ ਆਪਣੀਆਂ ਡਿਊਟੀਆਂ ਸੰਭਲੀਆਂ 15 ਅਗਸਤ ਨੂੰ ਤੇਜ ਦੇ ਸੁਤੰਤਰ ਦੇ ਦਿਵਸ ਸਮਾਗਮ ਤੋਂ ਪਹਿਲਾਂ ਤੇਜ ਦੇ ਵੱਖ-ਵੱਖ ਹਿੱਸਿਆਂ 'ਚ ਭਾਰਤੀ ਫੌਜ ਵੱਲੋਂ ਪ੍ਰਭਾਵਜਲੀ ਸੰਗੀਤਮਈ ਬੈਂਡ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਇਤਿਹਾਸਕੀਆਂ ਵਿਰਾਸਤੀ ਮਹੱਤਵਪੂਰਨ ਥਾਵਾਂ ਤੇ ਆਯੋਜਿਤ ਕੀਤੇ ਜਾਂਦੇ ਨੇ। ਅੱਜ ਅਮ੍ਰਿਤਸਰ 'ਚ ਗੁਬਿੰਦਗੜ੍ਹ ਕਿਲੇ ਵਿਖੇ ਭਾਰਤੀ ਫੌਜ ਦੀ ਬਜਰਕੋਰ ਦੇ ਪੈਂਥਰ ਡਿਵੀਜ਼ਨ ਵੱਲੋਂ ਸੰਗੀਤਮਈ ਲਾਈਵ ਬੈਂਡ ਦਾ ਆਯੋਜਨ ਕੀਤਾ ਗਿਆ। ਭਾਰਤੀ ਫੌਜ ਦੇ ਜਵਾਨ ਹਨੀ ਦੇਸ਼ ਭਗਤੀ ਦੇ ਗੀਤਾਂ ਤੇ ਪ੍ਰੇਰਨਾਦਾਇਕ ਗਾਣਿਆਂ ਦੀ ਤੁਨਾਂ ਪਾ ਕੇ ਲੋਕਾਂ ਦਾ ਮਨ ਮੋਇਆ ਤੇ ਖੂਬ ਮਨਰ ਕੀਤਾ ਇਸ ਨਾਲ ਸਾਰੇ ਪਾਸੇ ਮਾਹੌਲ ਸੰਗੀਤਮਈ ਹੋ ਗਿਆ ਇਸ ਪ੍ਰੋਗਰਾਮ ਦੌਰਾਨ ਪਰ ਸਰਕਾਰ ਵੱਲੋਂ ਜਾਰੀ ਕੋਵਿਡ ਦੇਸ਼ਾ ਨਿਰਦੇਸ਼ਾਂ ਤੇ ਪ੍ਰੋਟੋਕਾਲ ਦੀ ਸਖਤੀ ਨਾਲ ਪਾਲਣਾ ਕੀਤੀ ਗਈ ਸਮਾਗਮ ਦੇ ਅੰਤ ਵਿੱਚ ਪੈਂਥਰ ਡਿਵੀਜ਼ਨ ਦੇ ਜਨਰਲ ਆਫੀਸਰ ਕਮਾਂਡਿੰਗ ਮੇਜਰ ਜਨਰਲ ਵਿਕਰਮ ਸਿੰਘ ਵੱਲੋਂ ਪੰਜਾਬ ਪੁਲਿਸ ਮੈਡੀਕਲ ਪਾਈਚਾਰੇ ਤੇ ਅੰਮ੍ਰਿਤਸਰ ਦੀਆਂ ਉੱਗੀਆਂ ਸਿੱਖਿਆ ਸੰਸਥਾਵਾਂ ਤੋਂ ਸੱਦੇ ਕੇ ਕੋਵਿਡ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ भारत में कोरोना वायरस की पुष्टि वाले मरीजों की गिनती अठारह लाख तीन हज़ार सौ पचानवे तक पहुँच गई है केंद्रीय सेहत मंत्रालय अनुसार बीते चौबीस घंटे दौरान बवंजा हज़ार नौ सौ बहत्तर नवे मामले सामने आए हैं जबकि इस समय दौरान चाली हजार पांच सौ चौहत्तर कोरोना मरीज करीब होकर घर पर सकारी आंकड़ों मुताबिक इस वे कोरोना तो ठीक होने की दर पैंठ इशारिया सत्त सत्त फीसद तक पहुँच गई है जबकि मौत दर दो इशारिया एक फीसद है इस वे देश से वायरस के पां लाख हज़ार तीन सौ सतवंजा एक्टिव मरीज ने देश के बाकी सूब ਪੰਜਾਬ ਵਿੱਚ ਵੀ ਹਰ ਰੋਜ਼ ਵੱਡੀ ਗਿਣਤੀ 'ਚ ਕਰੋਨਾ ਦੇ ਤਾਜ਼ਾ ਮਾਮਲੇ ਸਾਹਮਣੇ ਆ ਰਹੇ ਨੇ ਸੂਬੇ 'ਚ ਹੁਣ ਤੱਕ ਕਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ 17853 ਤੱਕ ਪਹੁੰਚ ਗਈ ਹੈ ਜਦਕਿ ਇਸ ਵੇਲੇ 5964 ਕਰੋਨਾ ਦੇ ਐਕਟਿਵ ਮਰੀਜ਼ ਮੌਜੂਦ ਨੇ ਕਰੋਨਾ ਵਾਇਰਸ ਕਾਰਨ ਸੂਬੇ 'ਚ ਹੁਣ ਤੱਕ 423 ਵਿਅਕਤੀਆਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਪੂਰਬੀ ਅਫਗਾਨਿਸਤਾਨ ਦੇ ਜਲਾਲਾਬਾਦ ਚ ਇਸਲਾਮਿਕ ਸਟੇਟਵਾਦੀ ਜਥੇਬੰਦੀ ਦੇ ਇੱਕ ਤੜੇਵਲਿੰਗ ਜੇਲ੍ਹ ਤੇ ਹਮਲਾ ਕਰਕੇ ਕੀ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਹਮਲੇ 'ਚ 43 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਨੇ ਕਾਬੁਲ ਤੋਂ ਮਿਲੀਆਂ ਖਬਰਾਂ ਚ ਕਿਹਾ ਗਿਆ ਕਿ ਅਤਵਾਦੀ ਹਮਲਾ ਪੀਤੀ ਰਾਤ ਹੋਇਆ ਜਦ ਇਸਲਾਮਿਕ ਸਟੇਟ ਦੇ ਘਾਤਮਕਾਤੀ ਬੰਬਾਰ ਨੇ ਧਮਾਕਾ ਕੀਤਾ ਇਸ ਮਗਰੀਨਾਂ ਲੱਦੀ ਆਪਣੀ ਗੱਡੀ ਜੇਲ੍ਹ ਦੇ ਦਾਖਲੇ ਗੇਟ ਅੰਦਰ ਜਾ ਮਾਰੀ ਜਿਸ ਨਾਲ ਜ਼ੋਰਦਾਰ ਧਮਾਕਾ ਹੋਇਆ ਇਸ ਦੌਰਾਨ ਅਤਵਾਦੀਆਂ ਵੱਲੋਂ ਫਾਇਰ ਵੀ ਕੀਤਾ ਗਿਆ ਨੰਗਰਹਾਰ ਪ੍ਰਾਂਤ ਦੇ ਗਵਰਨਰ ਦੇ ਬੁਲਾਰੇ ਨੇ ਦੱਸਿਆ ਕਿ ਮਣਵਲਿਆਂ ਚ ਕੁਝ ਅਗਰਿਕ ਜੇਲ੍ਹ ਦੇ ਗਾਰਡ ਅਤੇ ਅਫਗਾਨਿਸਤਾਨ ਦੇ ਸੁਰੱਖਿਆ ਕਰਮੀ ਵੀ ਸ਼ਾਮਲ ਸਨ ਉਹਨਾਂ ਦੱਸਿਆ ਕਿ ਜੇਲ੍ਹ ਸੁਰੱਖਿਆ ਤੇ ਆਤਵਾਦੀਆਂ ਵਿਚਾਲੇ ਹੋਈ ਫਾਇਰਿੰਗ ਚਤਨ ਆਤਵਾਦੀ ਵੀ ਮਾਰੇ ਗਏ ਨੇ ਐਤਵਾਰ ਦੇ ਰਾਤ ਹੋਇਆ ਇਹ ਹਮਲਾ ਅਜ ਵੀ ਜਾਰੀ ਰਿਹਾ ਜੇਲ੍ਹ ਕੰਪਲੈਕਸ ਵਿੱਚੋਂ ਰੁਕ ਰੁਕੇ ਫਾਇਰਿੰਗ ਦੀ ਆਵਾਜ਼ ਆਉਂਦੀ ਰਹੀ ਇਸਲਾਮਿਕ ਸਟੇਟ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ ਆਤਵਾਦੀਆਂ ਦੇ ਇਸ ਹਮਲੇ ਪਿੱਛੇ ਮਕਸਦ ਬਾਰੇ ਅਜੇ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ ਪਰ ਕਿਹਾ ਜਾ ਰਿਹਾ ਕਿ ਹਮਲੇ ਤੋਂ ਬਾਅਦ ਕੁਝ ਕੈਦੀ ਭੱਜ ਗਏ ਚਲਾਲਾਬਾਜ ਦੇ ਤੇ ਜੇਲ੍ਹ ਵਿੱਚ ਕੋਈ 1500 ਕੈਦੀ ਸਨ ਜਿਨ੍ਹਾਂ ਵਿੱਚੋਂ ਸੈਂਕੜੇ ਕੈਦੀ islamic state that in al ਅਫਗਾਨਿਸਤਾਨ ਚ ਧਾਰਮਿਕ ਤਸ਼ੱਦਦ ਦਾ ਸ਼ਿਕਾਰ ਹੋਏ ਸਿੱਖ ਭਾਈਚਾਰੇ ਦੇ ਸਾਥ ਸੋ ਹੋਰ ਸਿੱਖਾਂ ਨੂੰ ਭਾਰਤ ਵਾਪਸ ਲਿਆਂਦਾ ਜਾਵੇਗਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਆਰਪੀ ਸਿੰਘ ਨੇ ਨਵੀਂ ਦਿੱਲੀ ਚ ਦੱਸਿਆ ਕਿ ਇਹਨਾਂ ਦੀ ਵਾਪਸੀ ਲਈ ਜਥਿਆਂ ਵਿੱਚ ਹੋਵੇਗੀ ਉਹਨਾਂ ਕਹੇ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਅਮਲ ਵਿੱਚ ਆਉਣ ਤੋਂ ਬਾਅਦ 26 ਜੁਲਾਈ ਨੂੰ ਸਿੱਖਾਂ ਦਾ ਪਹਿਲਾ ਜਥਾ ਅਫਗਾਨਿਸਤਾਨ ਤੋਂ ਭਾਰਤ ਪਰ ਚੁੱਕਾ ਹੈ ਉਹਨਾਂ ਕਹੇ ਕਿ ਇਸ ਜਥੇ ਤੋਂ ਬਾਅਦ ਸਾਥ ਸੋ ਹੋਰ ਸਿੱਖਾਂ ਨੂੰ ਅਫਗਾਨਿਸਤਾਨ ਤੋਂ ਵਾਪਸ ਲਿਆਂਦਾ ਜਾਵੇਗਾ ਉਹਨਾਂ ਕਹੇ ਕਿ ਅਫਗਾਨਿਸਤਾਨ ਸਹਿਤ ਭਾਰਤੀ ਦੂਤਕਰ ਸਰਕਾਰ ਦੇ ਸੰਪਰਕ ਵਿੱਚ ਹੈ ਆਰਪੀ ਸਿੰਘ ਨੇ ਕਿਹਾ ਕਿ ਪ੍ਰਧਾਨ ਤਰੀ ਨਰਿੰਦਰ ਮੋਦੀ ਵੱਲੋਂ ਲਏ ਗਏ ਸਖਤ ਫੈਸਲੇ ਕਾਰਨ ਹੀ ਅਫਗਾਨਿਸਤਾਨ ਵਿੱਚ ਤਸ਼ੱਦਦ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਭਾਰਤ ਵਾਪਸ ਲਿਆਉਣਾ ਸੰਭਵ ਹੋ ਸਕੇ ਹੈ ਇਸ ਤੋਂ ਪਹਿਲਾਂ 26 ਜੁਲਾਈ ਨੂੰ ਅਫਗਾਨਿਸਤਾਨ ਤੋਂ ਆਏ ਸਿੱਖਾਂ ਦੇ ਪਹਿਲੇ ਜਥੇ ਦੇ ਰਹਿਣ ਸਣ ਦਾ ਪ੍ਰਬੰਧ ਦਿੱਲੀ ਸਥਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਹੈ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰਨੁ ਜੁਗਨਿਆਜ ਬਟਾਲਾ ਪਹੁੰਚ ਕੇ ਜੇ ਰੀ ਸ਼ਰਾਬਨਾਲ ਮਣ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਜੁਗਨੇ ਨੇ ਪਰਿਵਾਰਾਂ ਨੂੰ ਪ੍ਰੋਸਾਦ ਦਵਾਇਆ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜੇ ਨੇ ਤਰਨੁ ਜੁਗਨੇ ਪੰਜਾਬ ਦੇ ਵੱਡੇ ਪੱਧਰ ਤੇ ਫੈਲੇ ਸ਼ਰਾਬ ਮਾਫੀਆ ਨੂੰ ਲੈ ਕੇ ਸੂਬਾ ਸਰਕਾਰ ਤੇ ਕਈ ਸਵਾਲ ਚੁੱਕੇ ਉਹਨਾਂ ਪੀੜਿਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 25-25 ਲੱਖ ਰੁਪਏ ਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਕੀਤੀ ਮੱਤਲੀ ਨਸ਼ੀਲੀ ਜ਼ਹਿਰੀਲੀ ਕਿਹੜੀ ਸ਼ਰਾਬ ਫਿਕਰੀ ਹੈ ਪਿਛਲੇ ਮਹੀਨੇ ਗ੍ਰਹਿ ਮੰਤਰਾਲੇ ਨੇ ਹੋਈ ਸਰਵੇ ਕਰਾਈ ਪੰਜਾਬ ਗ੍ਰਹਿ ਮੰਤਰਾਲੇ ਨੇ ਸਰਵੇ ਕਰਾਈ ਤੇ 550 ਵਰਤੇ ਅੱਦੀਆਂ ਦੀ ਰਿਪੋਰਟ ਉਹਨਾਂ ਨੇ ਕੀਤੀ ਕਿੰਨੇ 550 ਕੈਪਟਨ ਸਰ ਜਵਾਬ ਦਿਓਗੇ ਕੀ ਉਹਨਾਂ ਨਲਾਕਿਆਂ ਨੂੰ ਬਚਾਉਣ ਅਤੇ ਪਿੰਕੀ ਔਰ ਪੱਪੂ ਪੰਜਾਬ ਚ ਨਹੀਂ ਆਏ ਪੰਜਾਬ ਚ ਟਾਸਕ ਫੋਰਸ ਬਣੀ ਸੀ ਨਸ਼ਿਆਂ ਨੂੰ ਰੋਕਣ ਵਾਸਤੇ ਕੀ ਕਾਰਵਾਈ ਕੀਤੀ ਟਾਸਕ ਫੋਰਸ ਨੇ ਕੀ ਬਣਿਆ ਟਾਸਕ ਫੋਰਸ ਚ ਕੈਪਟਨ ਸਾਹਿਬ ਜਨਤਨ ਜਵਾਬ ਤੇ ਦੇ ਦਿਓ ਵਾਈਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਾਈ ਗੁਬਨ ਸਿੰਘ ਲੋਂਗੋਵਾਲ ਨੇ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਏ ਵੱਡੇ ਜਾਨੀ ਨੁਕਸਾਨ ਤੇ ਚਿੰਤਾ ਪ੍ਰਗਟਉਂਦਿਆਂ ਹਰ ਤਰ੍ਹਾਂ ਦੇ ਨਸ਼ਿਆਂ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਅੰਮ੍ਰਿਤਸਰ ਤੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਲੋਂਗੋਵਾਲ ਨੇ ਕਿਹਾ ਕਿ ਸਰਕਾਰੀ ਤੌਰ ਤੇ ਨਸ਼ਾ ਪਾਵੇਂ ਜਾਇਜ਼ ਮੰਨਿਆ ਜਾਂਦਾ ਹੋਵੇ ਜਾਂ ਨਜਾਇਜ਼ ਇਸ ਤੇ ਰੋਕ ਲਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂ ਸੇਵਾ ਨਦੀ ਧਰਤੀ ਹੈ ਜਿੱਥੇ ਅੰਮ੍ਰਿਤਮਈ ਵਿਚਾਰਤਾਰਾ ਪ੍ਰਵਾਨ ਚੜੀ ਹੈ। ਇਸ ਧਰਤੀ ਤੇ ਨਸ਼ਿਆਂ ਦਾ ਬੋਲਬਾਲਾ ਇਥੋਂ ਦੇ ਇਤਿਹਾਸਕ ਤੇ ਧਾਰਮਿਕ ਖਾਸੀ ਦੇ ਵਿਰੁੱਧ ਹੈ। ਗੁਰੂਆਂ ਦੀ ਤੇ ਨਸ਼ਿਆਂ ਨਾਲ ਮੌਤ ਇੱਕ ਵੱਡਾ ਸਵਾਲ ਹੈ ਗੁਬਨ ਸਿੰਘ ਲੋਂਗੂ ਬਲਨੀ ਸ਼ਰਾਬ ਕਰਨਵਣ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਕੈਪਟਨ ਸਰਕਾਰ ਦੀ ਕਾਰਜਸ਼ੈਲੀ ਤੇ ਵੀ ਸਵਾਲ ਚੁੱਕੇ ਹਨ ਕਿ ਨਸ਼ਿਆਂ ਦੇ ਸੂਦਾਗਰ ਲੋਕਾਂ ਦੀਆਂ ਜਾਨਾਂ ਨਾਲ ਖੇਡ ਰੇ ਨੇ ਤੇ ਪੰਜਾਬ ਦੀ ਸਰਕਾਰ ਸੁੱਤੀ ਹੋਈ ਹੈ ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਦੀ ਵੱਡੀ ਨਲਾਕੀ ਹੈ ਜਿਸ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਲੈਣੀ ਚਾਹੀਦੀ ਹੈ ਉਨ੍ਹਾਂ ਸਾਰੇ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ પાસે ਕਰਾਉਣ ਦੀ ਵੀ ਮੰਗ ਕੀਤੀ ਇਸ ਦੇ ਨਾਲ ਹੀ ਲੋਂਗੂ ਵਾਲ ਨੇ ਪੰਚ ਪੰਜਾਬ ਆਸੀਆਂ ਨੂੰ ਨਸ਼ਿਆਂ ਦੇ ਦੈਂਤ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ ਕੋロナ ਵਾਇਰਸ ਦੇ ਫੈਲਾ ਨੂੰ ਰੋਕਣ ਲਈ ਲਗਾਏ ਗਏ ਲਾਕਡਾਊਨ ਨਾਲ ਗਰੂਜ਼ ਗਮਾ ਕੇ ਖੰਡ ਬਲੇ ਦਿਹਾੜੀਦਾਰ ਲੋਕ ਜ਼ਿਆਦਾ ਪ੍ਰਭਾਵਿਤ ਹੋਏ ਫੈਕਟਰੀਆਂ ਤੇ ਕਾਰੋਬਾਰ ਬੰਦ ਹੋ ਜਾਣ ਕਾਰਨ ਇਨ੍ਹਾਂ ਲੋਕਾਂ ਕੇ ਦੋ ਬਖਤ ਦੀ ਰੋਟੀ ਦਾ ਸਵਾਲ ਖੜਾ ਹੋ ਗਿਆ ਪਰ ਕੇਂਦਰ ਸਰਕਾਰ ਦੀ ਗਰੀਬ ਕਲਿਆਣ ਯੋਜਨਾ ਆਰਥਿਕ ਪੱਖੋਂ ਇਨ੍ਹਾਂ ਗਰੀਬ ਲੋਕਾਂ ਦਾ ਸਹਾਰਾ ਬਣੀ ਇਸ ਯੋਜਨਾ ਨਾਲ ਪੂਰੇ ਦੇਸ਼ ਵਿੱਚ ਗਰੀਬਾਂ ਤੇ ਲੋੜਵੰਦਾਂ ਨੂੰ ਮੁਫਤ ਰਾਸ਼ਨ ਵੰਡਿਆ ਗਿਆ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਬਠਿੰਡਾ ਵਿੱਚ ਵੀ ਦਿਹਾੜੀਦਾਰ ਪਰਿਵਾਰਾਂ ਨੂੰ ਇਹ ਸਜੋਜਨਾ ਦਾ ਲਾਭ ਮਿਲਿਆ ਬਠਿੰਡਾ ਦੇ ਰਣਮਲੇ ਹਰਬੰਸ ਸਿੰਘ ਦਾ ਕਹਿਣਾ ਕਿ ਲੋਕਡਾਊਨ ਦੀ ਔਖੀ ਕੜੀ 'ਚ ਗਰੀਬ ਕਲਿਆਣ ਯੋਜਨਾ ਰਾਹੀਂ ਰਾਸ਼ਨ ਪਲੰਕਾਰਨ ਉਹਨਾਂ ਦੇ ਮਾੜੀ ਦਿਨ ਸੁਖਾਲੇ ਕੱਟੇ ਗਏ ਉਹਨਾਂ ਕਹਿੰਦੇ ਕਿ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਨੇ ਬਟਿੰਡਾ ਨਿਵਾਸੀ ਤਨ ਬਚੀਆਂ ਦੀ ਮਾਂ ਰਾਣੀ ਨੇ ਕਿਹਾ ਕਿ ਲੋਕਡਾਊਨ ਸਮੇਂ ਜਦ ਕੋਈ ਉਹਨਾਂ ਦੀ ਮਦਦ ਲਈ ਨਹੀਂ ਆਇਆ ਤਾਂ ਮੋਦੀ ਸਰਕਾਰ ਉਹਨਾਂ ਦਾ ਸਹਾਰਾ ਬਣੀ ਗਰੀਬ ਕਲਿਆਣ ਯੋਜਨਾ ਰਾਹੀਂ ਮਲੇ ਰਾਸ਼ਨ ਨਾਲ ਉਹਨਾਂ ਦਾ ਘਰ ਚੱਲਦਾ ਰਿਹਾ ਬਟਿੰਡਾ ਦੇ ਇੱਕ ਹੋਰ ਦਿਹਾੜੀਦਾਰ ਪੰਕਜ ਨੇ ਕਿਹਾ ਕਿ ਲੋਕਡਾਊਨ ਦੌਰਾਨ ਜਦ ਸਭ ਕੁਝ ਬੰਦ ਸੀ ਤਾਂ ਘਰ ਵਿੱਚ ਕੁਝ ਖਾਣੂ ਨਹੀਂ ਸੀ ਤੇ ਸਰਕਾਰ ਵੱਲੋਂ ਮੁਹਈਆ ਕਰਵਾਈ ਗਈ ਰਾਸ਼ਨ ਨਾਲ ਉਹਨਾਂ ਨੂੰ ਇੱਕ ਵੱਡਾ ਸਹਾਰਾ ਮਿਲਿਆ। ਗਰੀਬ ਕल्याण ਯੋਜਨਾ ਅਸਕ੍ਰੀਨ ਦੇ ਵਿੱਚ ਸਾਨੂੰ ਰਾਸ਼ਨ ਵੀ ਮਿਲਿਆ ਸਾਨੂੰ ਪਨਕੀ ਮਿਲੀ ਸਾਨੂੰ ਤੇ ਇਰਾਦਾ ਸੀ ਬਹੁਤ ਸਾਨੂੰ ਇਹ ਜਾਂ ਲੌਕਡਾਊਨ ਸੀ ਇਹ ਲੌਕਡਾਊਨ ਦੇ ਵਿੱਚ ਬਹੁਤ ਮੁਸ਼ਕਲ ਸੀਗੀ ਇਸ ਮੁਸ਼ਕਲ ਦੇ ਵਿੱਚ ਵੀ ਅਸੀਂ ਤਾਂ ਹੀ ਲੰਘ ਸਕੇ ਇਹ ਜੇ ਸਾਨੂੰ ਇਹ ਰਾਸ਼ਨ ਮਿਲਿਆ ਸਾਨੂੰ ਇਹ ਤੇ ਅਸੀਂ ਇਸ ਸਰਕਾਰ ਦਾ ਮੋਦੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਸਾਨੂੰ ਲੋਕਡਾਊਨ ਚ ਆ ਕੇ ਕਿਸੇ ਨੇ ਕੋਈ ਸਾਡੀ ਮਦਦ ਨਹੀਂ ਕੀਤੀ ਸਾਡੀ ਮੋਦੀ ਸਰਕਾਰ ਜੀ ਨੇ ਬਹੁਤ-ਬਹੁਤ ਮਦਦ ਕੀਤੀ ਹੈ ਸਾਨੂੰ ਰਾਸ਼ਨ ਮਿਲਿਆ ਤੇ ਸਾਨੂੰ ਜੋ ਵੀ 15 ਕਿਲੋ ਕਣਕ ਮਿਲੀ ਹੈ ਉਸ ਨਾਲ ਸਾਨੂੰ ਬਹੁਤ ਫਾਇਦਾ ਹੋਇਆ ਸਾਡੇ ਤਿੰਨ-ਤਿੰਨ ਬੱਚੇ ਹੈਗੇ ਆ ਕੁੜੀਆਂ ਹੈਗੀਆਂ ਸਾਨੂੰ ਕਿਸੇ ਨੇ ਕੋਈ ਮਦਦਤ ਨਹੀਂ ਦਿੱਤੀ ਸਾਨੂੰ ਮੋਦੀ ਸਰਕਾਰ ਨੇ ਹੀ ਮਦਦਤ ਦਿੱਤੀ ਹੈ ਜੋ ਕੁਝ ਵੀ ਦਿੰਦੀ ਹੈ ਅਸੀਂ ਚਾਹੁੰਦੇ ਆ ਵੀ ਅੱਗੇ ਵੀ ਮੋਦੀ ਸਰਕਾਰ ਹੀ ਸਾਡੇ ਵਾਸਤੇ ਅੱਗੇ ਆਵੇ ਤੋ ਜਿਹੜਾ ਗਰੀਬ ਯੋਜਨਾ ਚੱਲਿਆ ਸੀਗਾ ਉਹਦੇ ਵਿੱਚ ਜਿਹੜਾ ਰਾਸ਼ਨ ਮੋਦੀ ਸਰਕਾਰ ਦਿੱਤੀ ਹੈ ਲੇਬਰ ਗਰੀਬ ਮਜ਼ਦੂਰਾ ਨੂੰ ਅਦੇ ਵਾਸਤੇ ਬਹੁਤ ਬੜੀਆਂ ਕਾਮ ਕੀਤਾ ਜੀ ਧੰਨਵਾਦ ਦੇਣਾ ਚਾਹੁੰਨਾ ਮੋਦੀ ਸਰਕਾਰ ਨੂੰ ਮੈਂ ਤੇ ਮੇਰਾ ਆਹੀ ਵਿਚਾਰ ਇਸ ਦਿਨ ਲਈ ਖਬਰਾਂ ਦੇ ਬਲਟਨ ਖਤਮ ਹੁੰਦਾ ਹੈ ਨਮਸਕਾਰ